ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਜੋ ਕਿ ਲਗਾਤਾਰ ਸਰਕਾਰ ਨੂੰ ਕਿਸੇ ਨਵੇਂ ਮੁੱਦੇ ਦੇ ਉੱਤੇ ਘੇਰਦੇ ਹੋਏ ਨਜ਼ਰ ਆਉਂਦੇ ਨੇ। ਹੁਣ ਵੀ ਜਿੱਥੇ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਲਗਾਏ ਗਏ ਨੇ ਬੀਬੀ ਬੇਦੀ ਨੂੰ ਨਾ ਸਵਾਲ ਚੁੱਕਿਆ ਵੀ ਕਿਉਂ ਲਗਾਏ ਗਏ। ਇਹ ਦਿੱਲੀ ਨਾਲ ਸੰਬੰਧਿਤ ਨੇ। ਸੁਖਪਾਲ ਸਿੰਘ ਖਹਿਰਾ ਕਹਿੰਦੇ ਪੰਜਾਬ ਸਕੂਲ ਸਿੱਖਿਆ ਬੋਰਡ, ਇਦੋਂ ਪਹਿਲਾਂ ਉਹਨਾਂ ਨੇ ਸਵਾਲ ਉਠਾਇਆ ਸੀ ਵੀ ਜਿਹੜੀਆਂ ਨਿਯੁਕਤੀਆਂ ਤੁਸੀਂ ਕੀਤੀਆਂ ਨੇ ਉਹਦਾ ਵੀ ਸਾਰਾ ਵੇਰਵਾ 43,000 ਦਾ ਜਾਰੀ ਕਰ ਦਿਓ। ਇਹ ਮੁੰਡਾ ਜਾਂ ਕੁੜੀ ਕਿਹੜੇ ਪਿੰਡ ਦਾ, ਇਹਦਾ ਮੋਬਾਈਲ ਨੰਬਰ ਇਹ ਹੈ। ਇਹ ਆਪਦੇ ਦਿੱਲੀ ਦੀ ਸਮੀਖਿਆ ਕਰਕੇ ਉੱਥੇ ਸੁਧਾਰ ਲੈਣ ਪਹਿਲਾਂ, ਜਿੱਥੇ ਤੀਜੀ ਵਾਰ ਇਹਨਾਂ ਨੂੰ ਜੀਰੋ ਆਇਆ। ਭਗਵੰਤ ਮਾਨ ਕਹਿੰਦੇ ਹੁੰਦੇ ਸੀ ਪੰਜਾਬ ਬਣੇਗਾ ਹੀਰੋ 13-0, ਤੁਸੀਂ ਪਹਿਲਾਂ ਦਿੱਲੀ ਨੂੰ ਹੀਰੋ ਬਣਾ ਲਓ। ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਜੋ ਕਿ ਲਗਾਤਾਰ ਸਰਕਾਰ ਨੂੰ ਕਿਸੇ ਨਵੇਂ ਮੁੱਦੇ ਦੇ ਉੱਤੇ ਘੇਰਦੇ ਹੋਏ ਨਜ਼ਰ ਆਉਂਦੇ ਨੇ। ਹੁਣ ਵੀ ਜਿੱਥੇ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਲਗਾਏ ਗਏ ਨੇ ਬੀਬੀ ਬੇਦੀ ਨੂੰ ਨਾ ਸਵਾਲ ਚੁੱਕਿਆ ਵੀ ਕਿਉਂ ਲਗਾਇਆ ਗਿਆ ਜੀ। ਇਹ ਦਿੱਲੀ ਨਾਲ ਸੰਬੰਧਿਤ ਨੇ। ਸੁਖਪਾਲ ਸਿੰਘ ਖਹਿਰਾ ਕਹਿੰਦੇ ਪੰਜਾਬ ਸਕੂਲ ਸਿੱਖਿਆ ਬੋਰਡ, ਇਦੋਂ ਪਹਿਲਾਂ ਉਹਨਾਂ ਨੇ ਸਵਾਲ ਉਠਾਇਆ ਸੀ ਵੀ ਜਿਹੜੀਆਂ ਨਿਯੁਕਤੀਆਂ ਤੁਸੀਂ ਕੀਤੀਆਂ ਨੇ ਉਹਦਾ ਵੀ ਸਾਰਾ ਵੇਰਵਾ 43,000 ਦਾ ਜਾਰੀ ਕਰ ਦਿਓ। ਇਹ ਮੁੰਡਾ ਜਾਂ ਕੁੜੀ ਕਿਹੜੇ ਪਿੰਡ ਦਾ, ਇਹਦਾ ਮੋਬਾਈਲ ਨੰਬਰ ਇਹ ਹੈ ਅਤੇ ਕਿੱਥੇ ਰਹਿੰਦਾ, ਲੋਕਾਂ ਨੂੰ ਗਿਆਨ ਤਾਂ ਹੋ ਜੇ ਕੀ ਇਹ ਪੰਜਾਬ ਨਾਲ ਸੰਬੰਧਿਤ ਹੈ ਜਾਂ ਨਹੀਂ। ਕੀ ਗੱਲ ਪੰਜਾਬ ਦੇ ਵਿੱਚ ਵਿਦਵਾਨਾਂ ਦੀ ਘਾਟ ਪਏਗੀ, ਤੁਹਾਨੂੰ ਦਿੱਲੀ ਤੋਂ ਲਿਆ ਲਿਆ ਕੇ ਇੱਕ ਮੀਡੀਆ ਟੀਮਾਂ ਬਾਹਰ ਰੱਖੀਆਂ ਨੇ ਅਤੇ ਕਈ ਬੜੀ ਹੈਰਾਨੀ ਹੋਈ ਜਿਹਦੇ 'ਤੇ ਕੱਲ੍ਹ ਇਹਨਾਂ ਨੇ ਸਵਾਲ ਵੀ ਚੱਕੇ। ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਮੀਖਿਆ ਕਰ ਰਹੇ ਨੇ ਹਾਰ ਦੀ, ਕਹਿੰਦੇ ਇੱਕ ਪਾਸੇ ਰਾਘਵ ਚੱਡਾ ਸੱਦੀ ਜਾਂਦਾ ਹੈ, ਇੱਕ ਸੰਦੀਪ ਪਾਠਕ ਸੱਦੀ ਜਾਂਦਾ ਹੈ। ਭਗਵੰਤ ਮਾਨ ਜੀ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਦਾ ਸੱਦਰਾ ਸਭ ਦਾ ਜਾਇਜ਼ ਹੈ ਅਤੇ ਇਹ ਜਿਹੜੇ ਦੋ, ਇਹ ਆਪਦੇ ਦਿੱਲੀ ਦੀ ਸਮੀਖਿਆ ਕਰਕੇ ਉੱਥੇ ਸੁਧਾਰ ਲੈਣ ਪਹਿਲਾਂ, ਜਿੱਥੇ ਤੀਜੀ ਵਾਰ ਇਹਨਾਂ ਨੂੰ ਜੀਰੋ ਆਇਆ। ਭਗਵੰਤ ਮਾਨ ਕਹਿੰਦੇ ਹੁੰਦੇ ਸੀ ਪੰਜਾਬ ਬਣੇਗਾ ਹੀਰੋ 13-0, ਤੁਸੀਂ ਪਹਿਲਾਂ ਦਿੱਲੀ ਨੂੰ ਹੀਰੋ ਬਣਾ ਲਓ। ਜਿੱਥੇ 3 ਵਾਰ 14-19 ਅਤੇ ਹੁਣ 24 ਬਿੱਗ ਜੀਰੋ ਹੈ। ਇਹ ਆਪ ਕਹਿੰਦੇ ਹੁੰਦੇ ਆ ਵੀ ਜੀਰੋ ਭਾਵੇਂ ਕੰਬਾਈਨ ਦੇ ਟਾਇਰ ਜਿੱਡੀ ਪਾ ਲਓ ਜਾਂ ਛੋਟੀ ਜਿਹੀ ਪਾ ਲਓ, 0-0 ਹੁੰਦੀ ਹੈ। ਸੋ ਬਿੱਟੂ ਸਾਹਿਬ ਇਹਦੇ 'ਚ ਜਿਹੜਾ ਕਿਵੇਂ ਕਿਵੇਂ ਅਸੀਂ ਕਰਨਾ, ਸਮੀਖਿਆ ਹੋਣੀ ਹੈ, ਹੋਣੀ ਵੀ ਚਾਹੀਦੀ ਹੈ। ਸੁਖਪਾਲ ਖਹਿਰਾ ਨੇ ਜਿਹੜਾ ਮਸਲਾ ਉਠਾਇਆ, ਮਸਲੇ ਦਾ ਜਵਾਬ ਤਾਂ ਬਣਦਾ। ਇਹ ਦੱਸ ਦਿਓ ਕਿ ਤੁਸੀਂ ਉੱਥੇ ਤੀਜੀ ਵਾਰ ਸਰਕਾਰ ਬਣਾ ਲਈ ਹੈ, ਕੋਈ ਦੋ ਬੰਦੇ ਪੰਜਾਬ ਦੇ ਵੀ ਉੱਥੇ ਨੇ ਭਰਤੀ ਕੀਤੇ ਆ ਕਿਸੇ, ਇਹ ਬੜਾ ਵੱਡਾ ਸਵਾਲ ਹੈ। ਪੰਜਾਬੀਆਂ ਨਾਲ ਇੱਕ ਕਿਸਮ ਦਾ ਧੋਖਾ ਹੈ ਅਤੇ ਸਰਕਾਰ ਜਿਹੜੀ ਸਮੀਖਿਆ ਕਰ ਰਹੀ ਹੈ ਉਹ ਬਹੁਤ ਨੀਵੇਂ ਥਾਂ 'ਤੇ ਜਾ ਕੇ ਕਰੇ ਤਾਂ ਕਿ ਜਿਹੜੀਆਂ ਗਲਤੀਆਂ ਹੋਈਆਂ ਨੇ ਅਗਲੇ 2 ਸਾਲਾਂ ਦੇ ਵਿੱਚ ਉਹਨਾਂ 'ਚ ਸੁਧਾਰ ਕੀਤਾ ਜਾ ਸਕੇ। ਨਿਡਰ ਹਾਂ, ਨਿਰਪੱਖ ਰਹਾਂਗੇ।
ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੁੱਲਾਂਗੇ ਅੰਦਰੂਨੀ ਰਾਜ਼। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।